ਬੀਤੇ ਦਿਨ ਅੰਮ੍ਰਿਤਾ ਪ੍ਰੀਤਮ ਐਵਾਰਡ ਨਾਲ ਸਨਮਾਨਿਤ ਹੋਈ ਪੰਜਾਬੀ ਦੀ ਉੱਘੀ ਕਵਿਤਾ ਲੇਖਿਕਾ ਅਸ਼ਵਿੰਦਰਪ੍ਰੀਤ ਕੌਰ ਦਾ ਉਹਨਾਂ ਦਾ ਜੱਦੀ ਪਿੰਡ ਬੀੜ ਰਾਉਕੇ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਰੱਖੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਗੁਰਚਰਨ ਸਿੰਘ ਬੀੜ ਰਾਉਕੇ ਨੇ ਆਖਿਆ ਕਿ ਇਹ ਪਿੰਡ ਲਈ ਵੱਡੇ ਮਾਣ ਦੀ ਗੱਲ ਹੈ ਕਿ ਸਾਡੇ ਪਿੰਡ ਦੀ ਧੀ ਨੂੰ ਲੇਖਣੀ ਵਿੱਚ ਇੰਨਾ ਵੱਡਾ ਸਨਮਾਨ ਮਿਲਿਆ। ਉਹਨਾਂ ਆਖਿਆ ਕਿ ਲੇਖਕਾਂ ਨੇ ਵਿਦੇਸ਼ਾਂ ਵਿੱਚ ਵੀ ਰਹਿੰਦਿਆਂ ਪੰਜਾਬੀ ਭਾਸ਼ਾ ਲਈ ਜੋ ਉੱਦਮ ਕੀਤਾ ਹੈ ਉਸ ਲਈ ਉਹ ਵਧਾਈ ਦੇ ਪਾਤਰ ਨੇ। ਇਸ ਸਨਮਾਨ 'ਤੇ ਮੈਂ ਮੇਰੇ ਕੋਲ ਸ਼ਬਦ ਨਹੀਂ ਮਿਲ ਰਹੇ ਮੈਨੂੰ ਕਿ ਮੈਂ ਕੀ ਕਹਾਂ। ਅੱਜ ਤੱਕ ਮੈਨੂੰ ਜਿੰਨੇ ਵੀ ਮੇਰੇ ਮਾਣ ਸਨਮਾਨ ਹੋਏ ਆ ਮੈਂ ਸਮਝਦੀ ਹਾਂ ਕਿ ਇਹ ਉਹਨਾਂ ਸਨਮਾਨਾਂ ਨਾਲੋਂ ਸਭ ਤੋਂ ਵੱਡਾ ਸਨਮਾਨ ਹੈ ਕਿਉਂਕਿ ਇਹ ਮੇਰੇ ਆਪਣਿਆਂ ਨੇ ਕੀਤਾ। ਉਹ ਤਾਂ ਯੂਨੀਵਰਸਿਟੀਆਂ 'ਚ ਕਿਤਾਬਾਂ ਰਸਾਲਿਆਂ ਦੇ ਮਾਲਕ ਸਨਮਾਨ ਕਰਦੇ ਰਹੇ ਪਰ ਅੱਜ ਦਾ ਸਨਮਾਨ ਮੇਰੇ ਆਪਣੇ ਪਿੰਡ ਵਿੱਚੋਂ ਜਿੱਥੇ ਮੈਂ ਖੇਡ ਕੇ ਵੱਡੀ ਹੋਈ ਜਿੱਥੇ ਮੈਂ ਕਵਿਤਾ ਲਿਖਣੀ ਸਿੱਖੀ ਜਿਹੜੇ ਸਕੂਲ ਵਿੱਚ ਮੈਂ ਉੜਾੜਾ ਸਿੱਖਿਆ ਮੈਂ ਅੱਜ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਇਸ ਸਨਮਾਨ।